ਲਾਗੇ ਤੇ ਤੇ ਮੈਂ ਭਾਵਨਾ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ ਸਵੇਰੇ 7 ਵਜੇ ਤੋਂ ਇਹ ਬਾਰਿਸ਼ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਲੋਕ ਕੰਮਾਂ ਕਾਰਾਂ ਤੇ ਜਾਣ ਤੋਂ ਬੈਠੇ ਸੀ ਤਾਂ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੱਸਦੀ ਹੈ ਕਿ ਮੌਸਮ ਦੇ ਵਿੱਚ ਅੱਜ ਵੱਡਾ ਬਦਲਾਅ ਹੋਇਆ ਹੈ ਲੋਕਾਂ ਨੇ ਠੰਡ ਮਹਿਸੂਸ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਸਵੇਰ ਤੋਂ ਹੀ ਸਵੈਟਰ ਕੋਟੀਆਂ ਜਿਹੜੇ ਪਾਣੀਆਂ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਦੀਵਾਲੀ ਤੋਂ 2 ਦਿਨ ਪਹਿਲਾਂ ਅੱਜ ਜਿਹੜੀ ਬਾਰਿਸ਼ ਹੋਈ ਆ ਮੀਂਹ ਜਿਹੜਾ ਲਗਾਤਾਰ ਪੈ ਰਿਹਾ ਹੈ ਸਵੇਰ ਤੋਂ ਹੀ 7 ਵਜੇ ਤੋਂ ਇਹ ਮੀਂਹ ਜਿਹੜਾ ਪੈ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਮੌਸਮ ਦੇ ਵਿੱਚ ਵੀ ਵੱਡਾ ਜਿਹੜਾ ਬਦਲਾਅ ਵੇਖਣ ਨੂੰ ਮਿਲਿਆ ਹੈ ਤੇ ਲੋਕ ਅੱਜ ਤੋਂ ਹੀ ਲੋਕਾਂ ਨੇ ਜਿਹੜੀ ਆ ਠੰਡ ਜਿਹੜੀ ਆ ਉਹ ਮਹਿਸੂਸ ਕੀਤੀ ਤੇ ਲੋਕਾਂ ਨੇ ਸਵੈਟਰ ਕੋਟੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੰਮਾਂ ਕਾਰਾਂ ਤੇ ਜਿਹੜਾ ਅੱਜ ਉਹ ਸਵੈਟਰ ਕੋਟੀਆਂ ਪਾ ਕੇ ਹੀ ਨਿਕਲੇ ਨੇ ਮੌਸਮ 'ਚ ਵੱਡਾ ਬਦਲਾਅ ਜਿਹੜਾ ਵੇਖਣ ਨੂੰ ਮਿਲਿਆ ਦੱਸਦੀ ਹੈ ਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਨਵੰਬਰ ਦੇ ਮਹੀਨੇ ਤੋਂ ਜਿਹੜੀ ਹੈ ਠੰਡ ਮਹਿਸੂਸ ਨਹੀਂ ਕੀਤੀ ਜਾ ਰਹੀ ਸੀ ਜਿੱਥੇ ਕਿ ਪਹਿਲਾਂ ਨਵੰਬਰ ਦੇ ਵਿੱਚ ਠੰਡ ਸ਼ੁਰੂ ਹੋ ਜਾਂਦੀ ਸੀ ਤੇ ਹੁਣ ਨਵੰਬਰ ਦਾ ਮਹੀਨਾ ਜਿਹੜਾ ਵਾ ਉਸਦੇ ਵਿੱਚ ਦੀਵਾਲੀ ਦਾ ਜਿਹੜਾ 2 ਦਿਨ ਪਹਿਲਾਂ ਹੀ ਠੰਡ ਲੋਕਾਂ ਨੇ ਇਹ 2 ਦਿਨ ਪਹਿਲਾਂ ਹੀ ਜਿਹੜਾ ਬਾਰਿਸ਼ ਸ਼ੁਰੂ ਹੋ ਗਈ ਹੈ ਮੀਂਹ ਪਿਆ ਸਵੇਰੇ 7 ਵਜੇ ਤੋਂ ਇਹ ਬਾਰਿਸ਼ ਸ਼ੁਰੂ ਸੀ ਤੇ ਦਿਨ ਦੇ ਵਿੱਚ 2 ਵਾਰ ਹਨੇਰਾ ਵੀ ਛਾ ਗਿਆ ਹੈ ਤੇ ਕੱਲ ਦੀ ਵੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਮੀਂਹ ਜਿਹੜਾ ਉਹ ਪੈ ਸਕਦਾ ਹੈ ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਹੋ ਸਕਦੀ ਹੈ ਜਲੋ ਅਲਰਟ ਜਾਰੀ ਕੀਤਾ ਗਿਆ ਵਿਭਾਗ ਦੇ ਵੱਲੋਂ ਤੇ ਉੱਥੇ ਹੀ ਜਿਹੜਾ ਹੁਣ ਦੱਸੀਏ ਕਿ ਜਲੰਧਰ ਦੇ ਤੁਹਾਨੂੰ ਹਾਲਾਤ ਵਿਖਾ ਦਿੰਦੇ ਹਾਂ ਕੁਝ ਟਾਈਮ ਨੇ ਜਿਹੜੀ ਇਹ ਬਾਰਿਸ਼ ਜਿਹੜੀ ਰੁਕੀ ਹੈ ਪਰ ਬੱਦਲ ਛਾਏ ਹੋਏ ਨੇ ਹੋਰ ਸਮੇਂ ਦੇ ਵਿੱਚ ਜਿਹੜਾ ਇਹ ਮੀਂਹ ਤੇਜ਼ ਪੈ ਸਕਦਾ ਹੈ ਪਰ ਇਸਦੇ ਵਿਚਕਾਰ ਜਿਹੜੇ ਲੋਕੀ ਨੇ ਉਹ ਆਪਣੇ ਕੰਮਾਂ ਕਾਰਾਂ ਨੂੰ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਸਵੈਟਰ ਕੋਟੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਪਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀ ਨੇ ਅੱਜ ਤੋਂ ਹੀ ਲੋਕਾਂ ਨੂੰ ਜਿਹੜੇ ਠੰਡ ਮਹਿਸੂਸ ਹੋਈ ਤਾਂ ਲੋਕਾਂ ਨੇ ਸਵੇਰ ਤੋਂ ਹੀ ਕੋਟੀਆਂ ਸਵੈਟਰ ਜਿਹੜੇ ਆ ਪਾਉਣੇ ਸ਼ੁਰੂ ਕਰ ਦਿੱਤੇ ਵੱਡਾ ਬਦਲਾਅ ਜਿਹੜਾ ਮੌਸਮ ਦੇ ਵਿੱਚ ਅੱਜ ਵੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਦੈਨਿਕ ਸਵੇਰ 'ਚ ਤੁਹਾਡਾ ਸਵਾਗਤ ਹੈ ਅਤੇ ਮੈਂ ਭਾਵਨਾ ਪੰਜਾਬ ਦੇ ਵਿੱਚ ਅੱਜ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ ਸਵੇਰੇ 7 ਵਜੇ ਤੋਂ ਇਹ ਬਾਰਿਸ਼ ਸ਼ੁਰੂ ਹੋ ਗਈ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਸੀ ਲੋਕ ਕੰਮਾਂ ਕਾਰਾਂ ਤੇ ਜਾਣ ਤੋਂ ਬੈਠੇ ਸੀ ਤਾਂ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਦੱਸਦੀਏ ਕਿ ਮੌਸਮ ਦੇ ਵਿੱਚ ਅੱਜ ਵੱਡਾ ਬਦਲਾਅ ਹੋਇਆ ਹੈ ਲੋਕਾਂ ਨੇ ਠੰਡ ਮਹਿਸੂਸ ਕੀਤੀ ਹੈ ਜਿਸ ਤੋਂ ਬਾਅਦ ਲੋਕਾਂ ਨੇ ਸਵੇਰ ਤੋਂ ਹੀ ਸਵੈਟਰ ਕੋਟੀਆਂ ਜਿਹੜੇ ਪਾਣੀਆਂ ਸ਼ੁਰੂ ਕਰ ਦਿੱਤੀਆਂ ਦੱਸਦੀਏ ਕਿ ਦੀਵਾਲੀ ਤੋਂ 2 ਦਿਨ ਪਹਿਲਾਂ ਅੱਜ ਜਿਹੜੀ ਬਾਰਿਸ਼ ਹੋਈ ਆ ਮੀਂਹ ਜਿਹੜਾ ਲਗਾਤਾਰ ਪੈ ਰਿਹਾ ਹੈ ਸਵੇਰ ਤੋਂ ਹੀ 7 ਵਜੇ ਤੋਂ ਇਹ ਮੀਂਹ ਜਿਹੜਾ ਪੈ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਮੌਸਮ ਦੇ ਵਿੱਚ ਵੀ ਵੱਡਾ ਜਿਹੜਾ ਬਦਲਾਅ ਵੇਖਣ ਨੂੰ ਮਿਲਿਆ ਹੈ ਤੇ ਲੋਕ ਅੱਜ ਤੋਂ ਹੀ ਲੋਕਾਂ ਨੇ ਜਿਹੜੀ ਆ ਠੰਡ ਜਿਹੜੀ ਆ ਉਹ ਮਹਿਸੂਸ ਕੀਤੀ ਤੇ ਲੋਕਾਂ ਨੇ ਸਵੈਟਰ ਕੋਟੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੰਮਾਂ ਕਾਰਾਂ ਤੇ ਜਿਹੜਾ ਅੱਜ ਉਹ ਸਵੈਟਰ ਕੋਟੀਆਂ ਪਾ ਕੇ ਹੀ ਨਿਕਲੇ ਨੇ ਮੌਸਮ 'ਚ ਵੱਡਾ ਬਦਲਾਅ ਜਿਹੜਾ ਵੇਖਣ ਨੂੰ ਮਿਲਿਆ ਦੱਸਦੀਏ ਕਿ ਨਵੰਬਰ ਦਾ ਮਹੀਨਾ ਚੱਲ ਰਿਹਾ ਨਵੰਬਰ ਦੇ ਮਹੀਨੇ ਤੋਂ ਜਿਹੜੀ ਹੈ ਠੰਡ ਮਹਿਸੂਸ ਨਹੀਂ ਕੀਤੀ ਜਾ ਰਹੀ ਸੀ ਜਿੱਥੇ ਕਿ ਪਹਿਲਾਂ ਨਵੰਬਰ ਦੇ ਵਿੱਚ ਠੰਡ ਸ਼ੁਰੂ ਹੋ ਜਾਂਦੀ ਸੀ ਤੇ ਹੁਣ ਨਵੰਬਰ ਦਾ ਮਹੀਨਾ ਜਿਹੜਾ ਵਾ ਉਸਦੇ ਵਿੱਚ ਦੀਵਾਲੀ ਦਾ ਜਿਹੜਾ 2 ਦਿਨ ਪਹਿਲਾਂ ਹੀ ਠੰਡ ਲੋਕਾਂ ਨੇ 2 ਦਿਨ ਪਹਿਲਾਂ ਹੀ ਜਿਹੜਾ ਬਾਰਿਸ਼ ਸ਼ੁਰੂ ਹੋ ਗਈ ਹੈ ਮੀਂਹ ਪਿਆ ਸਵੇਰੇ 7 ਵਜੇ ਤੋਂ ਇਹ ਬਾਰਿਸ਼ ਸ਼ੁਰੂ ਸੀ ਤੇ ਦਿਨ ਦੇ ਵਿੱਚ 2 ਵਾਰ ਹਨੇਰਾ ਵੀ ਛਾ ਗਿਆ ਹੈ ਤੇ ਕੱਲ੍ਹ ਦੀ ਵੀ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਮੀਂਹ ਜਿਹੜਾ ਉਹ ਪੈ ਸਕਦਾ ਹੈ ਮਾਲਵੇ ਦੇ ਕਈ ਇਲਾਕਿਆਂ ਦੇ ਵਿੱਚ ਤੇਜ਼ ਬਾਰਿਸ਼ ਹੋ ਸਕਦੀ ਹੈ ਜਲੋ ਅਲਰਟ ਜਾਰੀ ਕੀਤਾ ਗਿਆ ਵਿਭਾਗ ਦੇ ਵੱਲੋਂ ਤੇ ਉੱਥੇ ਹੀ ਜਿਹੜਾ ਹੁਣ ਦੱਸੀਏ ਕਿ ਜਲੰਧਰ ਦੇ ਤੁਹਾਨੂੰ ਹਾਲਾਤ ਵਿਖਾ ਦਿੰਦੇ ਹਾਂ ਕੁਝ ਟਾਈਮ ਨੇ ਜਿਹੜੀ ਇਹ ਬਾਰਿਸ਼ ਜਿਹੜੀ ਰੁਕੀ ਹੈ ਪਰ ਬੱਦਲ ਛਾਏ ਹੋਏ ਨੇ ਹੋਰ ਸਮੇਂ ਦੇ ਵਿੱਚ ਜਿਹੜਾ ਇਹ ਮੀਂਹ ਤੇਜ਼ ਪੈ ਸਕਦਾ ਹੈ ਪਰ ਇਸਦੇ ਵਿਚਕਾਰ ਜਿਹੜੇ ਲੋਕੀ ਨੇ ਉਹ ਆਪਣੇ ਕੰਮਾਂ ਕਾਰਾਂ ਨੂੰ ਜਾ ਰਹੇ ਨੇ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਵੱਲੋਂ ਸਵੈਟਰ ਕੋਟੀਆਂ ਜਿਹੜੀਆਂ ਉਹ ਸ਼ੁਰੂ ਕਰ ਦਿੱਤੀਆਂ ਪਾਉਣੀਆਂ ਜਿਹੜੀਆਂ ਸ਼ੁਰੂ ਕਰ ਦਿੱਤੀ ਨੇ ਅੱਜ ਤੋਂ ਹੀ ਲੋਕਾਂ ਨੂੰ ਜਿਹੜੇ ਠੰਡ ਮਹਿਸੂਸ ਹੋਈ ਤਾਂ ਲੋਕਾਂ ਨੇ ਸਵੇਰ ਤੋਂ ਹੀ ਕੋਟੀਆਂ ਸਵੈਟਰ ਜਿਹੜੇ ਆ ਪਾਉਣੇ ਸ਼ੁਰੂ ਕਰ ਦਿੱਤੇ ਵੱਡਾ ਬਦਲਾਅ ਜਿਹੜਾ ਮੌਸਮ ਦੇ ਵਿੱਚ ਅੱਜ ਵੇਖਣ ਨੂੰ ਮਿਲਿਆ